ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਪੰਜਾਬ ਦੇ ਮੁਅੱਤਲ ਕੀਤੇ DSP ਬਲਵਿੰਦਰ ਸਿੰਘ ਸੇਖੋਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਦੀ ਖੋਲ੍ਹੀ ਪੋਲ। ਆਸ਼ੂ ਨੇ 1992 ਦੇ ਵਿੱਚ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ ਅਤੇ ਲੁਧਿਆਣੇ ਦੀ ਗੁੜ ਮੰਡੀ ਦੇ ਵਿੱਚ ਬੰਬ ਬਲਾਸਟ ਕਰਨ ਦੀ ਸਾਜ਼ਿਸ਼ ਵੀ ਭਾਰਤ ਭੂਸ਼ਣ ਆਸ਼ੂ ਦੀ ਹੈ। ਭਾਰਤ ਭੂਸ਼ਣ ਆਸ਼ੂ ਅੱਜ ਕੱਲ੍ਹ ਪੰਜਾਬ ਸਰਕਾਰ ਦੇ ਵਿੱਚ ਬਹੁਤ ਹੀ ਜ਼ਿੰਮੇਵਾਰੀ ਪੋਸਟ ਦੇ ਉੱਪਰ ਕੈਬਨਿਟ ਮੰਤਰੀ ਨੇ। ਔਰ ਵੱਡੀ ਗੱਲ ਇਹ ਹੈ ਕਿ ਕਾਫੀ ਲੰਮੇ ਸਮੇਂ ਤੋਂ ਬਲਵਿੰਦਰ ਸਿੰਘ ਸੇਖੋਂ ਜੋ DSP ਨੇ ਔਰ ਭਾਰਤ ਭੂਸ਼ਣ ਜੀ ਜੋ ਕਿ ਪੰਜਾਬ ਸਰਕਾਰ ਦੇ ਵਿੱਚ ਬਤੌਰ ਕੈਬਨਿਟ ਮੰਤਰੀ ਨੇ, ਔਰ ਇਹਨਾਂ ਦਾ ਵਿਵਾਦ ਇਸ ਕਦਰ ਵੱਧ ਰਿਹਾ ਹੈ ਕਿ ਅੱਜ ਬਲਵਿੰਦਰ ਸਿੰਘ ਸੇਖੋਂ ਨੇ ਭਾਰਤ ਭੂਸ਼ਣ ਆਸ਼ੂ ਦੀ ਪੋਲ ਖੋਲ੍ਹ ਦਿੱਤੀ। ਉਹਨਾਂ ਨੇ ਕਿਹਾ ਕਿ ਮੈਨੂੰ ਮੁਅੱਤਲ ਸਿਰਫ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਇੱਕ ਕਮੈਂਟ ਕੀਤਾ ਸੀ ਔਰ ਜਿਸ ਨੂੰ ਲੈ ਕੇ ਮੈਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵੱਡੀ ਖਬਰ ਹੈ ਦੋਸਤੋ, ਇਹ ਇਲਜ਼ਾਮ ਲਗਾਏ ਜਾ ਰਹੇ ਨੇ ਬਲਵਿੰਦਰ ਸਿੰਘ ਸੇਖੋਂ ਵੱਲੋਂ ਜੋ ਕਿ ਮੁਅੱਤਲ ਕੀਤੇ ਹੋਏ DSP ਸਾਹਿਬ ਨੇ, ਔਰ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਾਏ ਨੇ ਕਿ 1992 ਵਿੱਚ ਇਹਨਾਂ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ ਔਰ ਲੁਧਿਆਣੇ ਦੀ ਗੁੜ ਮੰਡੀ ਦੇ ਵਿੱਚ ਬੰਬ ਬਲਾਸਟ ਦੀ ਸਾਜ਼ਿਸ਼ ਵੀ ਭਾਰਤ ਭੂਸ਼ਣ ਆਸ਼ੂ ਦੀ ਸੀ। ਇਲਜ਼ਾਮ ਕਿੰਨੇ ਸੱਚੇ ਨੇ, ਕਿੰਨੇ ਝੂਠੇ ਨੇ, ਹੋਰ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਤੋ ਆਫਟਰ ਦੈਟ ਜਦੋਂ ਇਹਨਾਂ ਨੇ ਮੈਨੂੰ ਸਸਪੈਂਡ ਕਰ ਦਿੱਤਾ ਤਾਂ ਫਿਰ ਨੈਚੁਰਲੀ ਮਤਲਬ ਗੁੱਸਾ ਵੀ ਸੀਗਾ ਇਸ ਚੀਜ਼ ਦਾ, ਆਪਾਂ ਕਹਿ ਸਕਦੇ ਹਾਂ, ਜਾਂ ਮੇਰੇ ਦਿਮਾਗ 'ਚ ਵੀ ਸੀ, ਮੇਰੇ ਮਾਨਸਿਕ ਦਬਾਅ ਵੀ ਹੈ ਮੇਰੇ 'ਤੇ ਇਸ ਚੀਜ਼ ਦਾ। ਠੀਕ ਹੈ, ਧਮਕੀਆਂ ਦੇ ਰਹੇ ਆ ਮਤਲਬ ਬੱਚਿਆਂ ਤੱਕ, ਮੈਂ ਡਿਟੇਲ ਰਿਪੋਰਟਾਂ DGP ਸਾਹਿਬ ਨੂੰ ਲਿਖ ਕੇ ਭੇਜੀਆਂ ਹੋਈਆਂ ਆਪਣੀਆਂ ਦੁਬਾਰਾ ਵੀ ਮੇਰੇ ਨਾਲ ਆਹ ਚੀਜ਼ਾਂ ਹੋ ਰਹੀਆਂ, ਬਹੁਤ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹਦੀ ਕਾਪੀ ਪ੍ਰੋਵਾਈਡ ਕਰ ਦੂੰਗਾ। ਉਸ ਤੋਂ ਬਾਅਦ ਵੀ ਮਤਲਬ ਜੋ ਆਰਡਰ ਜਾਰੀ ਹੋਇਆ ਉਹ ਮੇਰੀ ਸਸਪੈਂਸ਼ਨ ਦਾ ਹੀ ਹੋਇਆ। ਠੀਕ ਹੈ, ਤੋ ਨੈਚੁਰਲੀ ਫਿਰ ਮੈਂ ਇਹਦੀ ਡੈਪਥ ਵਿੱਚ ਤਾਂ ਮੈਂ ਜਾਣਾ ਹੀ ਸੀ, ਪਹਿਲਾਂ ਮੈਨੂੰ ਕੁਛ ਪਤਾ ਲੱਗਿਆ ਸੀਗਾ ਕਿ ਇਹਦੇ 'ਤੇ ਕੇਸ ਵਗੈਰਾ ਕੋਈ ਰਜਿਸਟਰ ਹੈਗੇ ਆ, ਤੋ ਮੈਂ ਸਰਾਭਾ ਨਗਰ ਥਾਣੇ ਦੀ ਇੱਕ FIR ਦਾ ਆਪਣਾ ਇਨਫਲੂਐਂਸ ਦਾ ਪਤਾ ਕਰਾ ਕੇ ਉਹਦੇ 'ਤੇ ਸਟੱਡੀ ਕੀਤਾ। ਜੋ ਸਟੱਡੀ ਕੀਤਾ ਤਾਂ ਉਹਦੇ ਵਿੱਚੋਂ ਜੋ ਕੁਛ ਮਿਲਿਆ ਉਹ ਹੈਰਾਨੀਜਨਕ ਹੈ, ਔਰ ਮਤਲਬ ਮੈਨੂੰ ਖੁਦ ਹੈਰਾਨੀ ਹੈ ਕਿ ਮਤਲਬ ਇਹੋ ਜਿਹੇ ਹੀਨੀਅਸ ਕ੍ਰਾਈਮਸ, ਇਹੋ ਜਿਹੇ ਮਤਲਬ ਮਰਡਰਸ, ਬੰਬ ਬਲਾਸਟ ਜਿਹੜੇ ਇਹਨਾਂ ਨੇ ਆਪਣੇ ਕਨਫੈਸ਼ਨ ਕੀਤੇ ਹੋਏ ਆਪਣੇ ਵੱਲੋਂ, ਉਹਨਾਂ ਦੇ ਬੱਚੇ ਨੂੰ ਕਿਵੇਂ ਚਲਾਉਣ ਹੀ ਨਹੀਂ ਕੀਤਾ ਗਿਆ। ਮਤਲਬ ਕਿ ਇਹ ਆਦਮੀ 92 ਵਿੱਚ ਹੀ ਇੰਨਾ ਸਟਰੋਂਗ ਸੀ ਅਤੇ ਅੱਜ ਤਾਂ ਤੁਸੀਂ ਦੇਖੋ ਉਹ ਮਿਨਿਸਟਰ ਹੈ, ਮਤਲਬ ਉਦੋਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰ ਗਿਆ। ਕੋਈ ਮੇਰੇ ਖਿਆਲ ਹੈ ਕਰੇ ਕੋਈ ਇਹ ਰਿਕਾਰਡ ਨਾ ਪਹਿਲਾਂ ਹੋਇਆ ਹੋਏਗਾ ਅਤੇ ਨਾ ਅਗਾਂਹ ਹੋਏਗਾ ਕਿ ਇਸ ਤਰ੍ਹਾਂ ਦੇ ਮਤਲਬ 4 ਮਰਡਰ, ਬੰਬ ਬਲਾਸਟ, ਠੀਕ ਹੈ, ਕੰਸਪਿਰੇਸੀ ਆਫ ਮਰਡਰ, ਇਹਨਾਂ ਚੀਜ਼ਾਂ ਦੇ ਵਿੱਚ ਇੱਕ ਬੰਦਾ ਆਪਣੇ ਕਨਫੈਸ਼ਨਲ ਬਿਆਨ। ਮੁਅੱਤਲ ਕੀਤੇ DSP ਦਾ ਦਾਅਵਾ ਹੈ ਕਿ ਉਹਨਾਂ ਕੋਲ ਭਾਰਤ ਭੂਸ਼ਣ ਆਸ਼ੂ ਖਿਲਾਫ ਸਾਰੇ ਸਬੂਤ ਮੌਜੂਦ ਨੇ ਤੇ ਇਹਨਾਂ ਦੇ ਆਧਾਰ ਤੇ ਹੀ ਹੁਣ ਉਹ ਅਗਲੇਰੀ ਕਾਰਵਾਈ ਕਰਨਗੇ। ਜਿਹੜਾ ਸਿਰਫ ਇਹਨੂੰ ਆਪਣੇ ਜੇ 100% ਆਪਾਂ ਕਹੀਏ ਇਹਦਾ ਕ੍ਰਾਈਮ ਗਣੀਏ ਤੇ ਇਹਨੂੰ 5% ਚਲਾਨ ਕੀਤਾ ਗਿਆ, 95% ਵਿੱਚ ਇਹਨੂੰ ਚਲਾਨ ਹੀ ਨਹੀਂ ਕੀਤਾ ਗਿਆ, ਤੇ ਜਿਹੜੇ 5% 'ਚ ਇਹਨੂੰ ਚਲਾਨ ਕੀਤਾ ਗਿਆ ਉਹ ਇਹਨੇ ਮਤਲਬ ਉੱਥੋਂ ਜਿਹੜੇ ਓਰੀਜਨਲ ਡਾਕੂਮੈਂਟ ਸੀਗੇ ਉੱਥੋਂ ਮਿਸ ਕਰਾ ਕੇ ਅਤੇ ਸਾਰਾ ਮਤਲਬ ਉਹ ਸਰ ਮੈਨੀਪੁਲੇਸ਼ਨ ਦਿਖਾਈ ਦੇ ਰਹੀ, ਅਸੀਂ ਸਾਰਾ ਪੜ੍ਹਿਆ, ਬਾਕੀ ਸਾਰਾ ਆਉਣ ਵਾਲੇ ਸਮੇਂ ਵਿੱਚ ਮੈਂ ਐਪਲੀਕੇਸ਼ਨ ਦੇ ਦਿੱਤੀ ਹੈ ਜਿਹਦੇ ਰਿਗਾਰਡਿੰਗ ਖੁਦ ਆਪਣੇ ਵੱਲੋਂ ਵੀ ਮੈਂ ਇਹਦੀ ਪਰਵਰਿਸ਼ ਖੁਦ ਕਰੂੰਗਾ, ਜੇ ਸਾਰੇ ਕੇਸ ਆ ਜਿਹੜੇ ਹੈਗੇ ਇਹਨਾਂ ਨੂੰ ਇਹਦੇ ਪੰਜਾਬ ਤੱਕ ਲੈ ਕੇ ਜਾਵਾਂਗੇ। ਤਾਂ ਉਹ ਉਹਨਾਂ ਨੇ ਉਹ ਆਪਣੇ ਇਸ ਤਰੀਕੇ ਦੀ ਆਪਣੀ ਕਰਕੇ ਮੈਨੀਪੁਲੇਸ਼ਨ, ਉਹ ਕੇਸ ਦੇ ਵਿੱਚੋਂ ਇਹ ਟੈਕਨੀਕਲੀ ਬਰੀ ਹੋਇਆ, ਬੇਗੁਨਾਹ ਨਹੀਂ ਹੈ, ਟੈਕਨੀਕਲੀ ਬਰੀ ਹੋਣਾ ਹੋਰ ਦਾ ਵੀ ਆ ਡਾਕੂਮੈਂਟ ਨਹੀਂ ਹੈਗੇ ਇਸ ਕਰਕੇ ਅਪਰੂਵ ਨਹੀਂ ਹੋ ਸਕਦਾ, ਅਤੇ ਉਹ ਡਾਕੂਮੈਂਟ ਜਿਹੜੇ ਜਿੱਥੇ ਹੈਗੇ ਸੀ ਉੱਥੋਂ ਡਾਕੂਮੈਂਟ ਮੰਗੇ ਹੀ ਨਹੀਂ ਗਏ, ਉਹ ਸਾਰੇ ਡਾਕੂਮੈਂਟ ਜਿਹੜੇ ਹੈਗੇ ਮੈਂ ਉੱਥੋਂ ਲੈ ਲਏ ਆ, ਮੇਰੇ ਕੋਲ ਸਾਰੀਆਂ ਸਰਟੀਫਾਈਡ ਕਾਪੀਆਂ ਹੈਗੀਆਂ, ਐਵਰੀਥਿੰਗ ਇਜ਼ ਅਵੇਲੇਬਲ ਔਨ ਦੀ ਰਿਕਾਰਡ। ਅੱਜ ਦੀ ਡੇਟ ਦੇ ਵਿੱਚ ਮੈਂ ਇਹ ਕੋਈ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਨਾ ਕਿਹਾ ਜਾਵੇ ਕਿ ਮੇਰੇ ਇਲਜ਼ਾਮ, ਕੋਈ ਇਲਜ਼ਾਮ ਨਹੀਂ ਹੈ, ਇਟਸ ਆਲ ਐਵੀਡੈਂਸ। ਗੁੜ ਮੰਡੀ ਜਿਹੜਾ ਬੰਬ ਧਮਾਕਾ ਹੋਇਆ, ਸੁਜੈਸ਼ਨ ਇਹਦੇ ਵੱਲੋਂ ਹੈ ਕਿ ਇਹਨੇ ਦੱਸਿਆ ਵੀ ਉੱਥੇ ਜਾ ਕੇ ਬੰਬ ਧਮਾਕਾ ਕਰੋ, ਤੁਸੀਂ ਹੱਥ ਦੇਖੋ ਕਿ ਇੱਕ ਗੁੜ ਮੰਡੀ ਜਿਹੜਾ ਸਾਡਾ ਬਹੁਤ ਭੀੜ ਭੜੱਕੇ ਵਾਲਾ ਇਲਾਕਾ, ਠੀਕ ਹੈ, ਤਾਂ ਉਹ ਅੱਤਵਾਦੀ ਜਦੋਂ ਵੀ ਪੁੱਛਦੇ ਇਹਨਾਂ ਕੋਲੋਂ ਵੀ ਹਾਂ ਅਸੀਂ ਕਿੱਥੇ ਧਮਾਕਾ ਕਰੀਏ, ਤਾਂ ਇਹ ਮਾਣਯੋਗ ਮੰਤਰੀ ਸਾਹਿਬ ਉਹਨੂੰ ਸੁਜੈਸਟ ਕਰ ਰਹੇ ਹੈ ਕਿ ਤੁਸੀਂ ਉੱਥੇ ਜਾ ਕੇ ਧਮਾਕਾ ਕਰੋ ਕਿ ਉੱਥੇ ਕੈਜੁਅਲਟੀ ਜ਼ਿਆਦਾ ਹੋਣਗੀ, ਠੀਕ ਹੈ। ਤਾਂ ਉਹਨਾਂ ਹੀ ਬੰਦਿਆਂ ਨੇ ਉੱਥੇ ਜਾ ਕੇ ਉਹ ਧਮਾਕਾ ਕੀਤਾ, ਠੀਕ ਹੈ। ਬੰਬ ਕਿੱਥੇ ਬਣੇ, ਇਹਨਾਂ ਦੇ ਏਰੀਏ ਦੇ ਵਿੱਚ, ਠੀਕ ਹੈ, ਇਹਨਾਂ ਦਾ ਆਪਣਾ ਕਨਫੈਸ਼ਨ ਹੈ।
ਉੱਥੋਂ ਵੈਪਨ ਰਿਕਵਰ ਹੋਏ, ਠੀਕ ਹੈ, ਜਿਹਨਾਂ ਵਿੱਚ ਜੋ ਮੇਰੀ ਜਾਣਕਾਰੀ ਹੈ ਅਸਾਲਟਾਂ ਸੀ, ਮਾਊਜ਼ਰ ਸੀ, ਹੈਂਡ ਗ੍ਰਨੇਡ ਸੀ, ਜਿਹਨਾਂ ਦਾ ਇਹਦੇ ਕਾਰਨਾਂ 'ਤੇ ਕੇਸ ਹੀ ਦਰਜ ਨਹੀਂ ਕੀਤਾ ਗਿਆ। ਔਰ ਇਹਨਾਂ ਦੇ ਆਪਣੇ ਕਨਫੈਸ਼ਨ 'ਚ ਵੀ ਹੈ, ਇਹਨਾਂ ਨੇ ਇੱਕ ਟੈਲੀਗ੍ਰਾਮ ਕੀਤੀ ਸੀਗੀ ਜਦੋਂ ਇਹਨੂੰ ਫੜਿਆ ਸੀਗਾ, ਉਹਦੇ ਵਿੱਚ ਉਹਨਾਂ ਨੇ ਮੰਨਿਆ ਇਹਨਾਂ ਦੇ ਤਾਏ ਨੇ ਵੀ ਜਿਹੜੇ ਵੈਪਨ ਤਾਂ ਸਾਡੇ ਆਲਰੇਡੀ ਡੇਅਰੀ 'ਚੋਂ ਰਿਕਵਰ ਹੋ ਹੀ ਚੁੱਕੇ ਆ, ਹੁਣ ਇਹਨਾਂ ਨੂੰ ਕਿਉਂ ਫੜਿਆ ਹੋਇਆ। ਇਸ ਤਰ੍ਹਾਂ ਦਾ ਮਤਲਬ ਸਾਰਾ ਮਟੀਰੀਅਲ ਜਿਹੜਾ ਹੈਗਾ ਇਹ ਔਨ ਰਿਕਾਰਡ ਹੈਗਾ, ਇਹ ਸਾਰੇ ਕੇਸ ਜਿਹੜੇ ਹੈਗੇ ਆ ਇਹਨਾਂ 'ਤੇ ਟ੍ਰਾਇਲ ਹੋਣਗੇ ਜੀ। ਜਿਹੜਾ ਕੇਸ 'ਚੋਂ ਬਰੀ ਹੋਏ ਆ ਉਹ ਕੇਸ ਰੀਓਪਨ ਹੋਊਗਾ, 5 ਕੇਸ ਬਣਦੇ ਆ। ਇੱਕ ਤਾਂ ਟ੍ਰਿਪਲ ਮਰਡਰ ਹੋਇਆ ਸੀਗਾ ਪਾਇਲ ਥਾਣੇ ਦੇ ਵਿੱਚ, ਉਹਦੇ ਵਿੱਚ ਜਿਹੜੇ ਇਹਨਾਂ ਦੀ ਡੇਅਰੀ 'ਤੇ ਬੈਠ ਕੇ ਉਹ ਕੌਨਸਪੇਸੀ ਹੋਈ ਸੀ, ਉਹ ਬੰਦੇ ਜਾ ਕੇ ਮਾਰ ਕੇ ਆਏ ਸੀ, ਉਹਨਾਂ ਨੂੰ ਇਹਨਾਂ ਨੇ ਸੰਭਾਲਿਆ ਸੀ ਵਾਪਸ ਆਇਆ ਨੂੰ, ਠੀਕ ਹੈ। ਉਹ ਕਿਸੇ ਉਸ ਟਾਈਮ ਦੇ ਅਫਸਰਾਂ ਨੇ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਉਸ ਥਾਣੇ ਨੂੰ ਵੀ ਇਹਨਾਂ ਨੇ ਇਹ ਕਨਫੈਸ਼ਨ ਕੀਤਾ। ਇਹ ਰਿਕੁਐਸਟ ਹੀ ਕਰੂੰਗਾ ਕਿ ਮਾਨਯੋਗ CM ਸਾਹਿਬ ਨੂੰ, ਹੋਰ ਸਾਰੇ ਆਨਰੇਬਲ ਲੋਕ ਹੈ ਕਿ ਜਿਹੜੇ ਉਹਨਾਂ ਨੂੰ ਇਹੋ ਜਿਹਾ ਬੰਦਾ ਜਿਹੜਾ ਕਿ ਅੱਜ ਹੀ ਇਹਦੇ 'ਤੇ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈਗੀ, ਇਹ ਕਿਸੇ ਵੀ ਜਿਹੜੇ ਵੀ ਕੋਈ ਲੀਗਲ ਮਾਇੰਡ ਅਫੀਸਰ ਸਾਡੇ ਹੋਣ, ਸੀਨੀਅਰ ਹੋਣ, ਮੇਰੇ ਨਾਲ 15 ਮਿੰਟ ਡਿਸਕਸ ਕਰ ਲੈਣ, ਮੈਂ ਫਾਈਲ ਸਮਝਾ ਦੂੰਗਾ ਵਿੱਚ ਕੀ ਹੈਗਾ, ਕੁਛ ਵੀ ਇਹਦੇ 'ਤੇ ਚੈੱਕ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਇਹ ਬਿਲਕੁਲ ਵਾਂਟਡ ਮੁਜਰਮ ਹੈ, ਅੱਜ ਦੀ ਡੇਟ ਵਿੱਚ ਇਹਨੂੰ ਸਵੇਰੇ ਫੜ ਕੇ ਅਰੈਸਟ ਕਰਕੇ ਚਲਾਨ ਦਿੱਤਾ ਜਾ ਸਕਦਾ। ਹੁਣ ਜ਼ਰਾ ਇਹ ਵੀ ਸੁਣ ਲਓ ਕਿ DSP ਬਲਵਿੰਦਰ ਸਿੰਘ ਸੇਖੋਂ ਨੂੰ ਮੁਅੱਤਲ ਕਿਉਂ ਕੀਤਾ ਗਿਆ ਸੀ। ਮੈਂ ਇਨਕੁਆਇਰੀ ਲੋਕਲ ਬਾਡੀ ਡਿਪਾਰਟਮੈਂਟ ਡੈਪੂਟੇਸ਼ਨ ਤੇ ਹੋਣ ਕਰਕੇ ਉਹ ਕਰ ਰਿਹਾ ਸੀਗਾ, ਨਵਜੋਤ ਸਿੰਘ ਸਿੱਧੂ ਮਿਨਿਸਟਰ ਸੀਗੇ, ਉਹਨਾਂ ਨੇ ਮੈਨੂੰ ਉਹ ਮਾਰ ਕੀਤੀ ਸੀਗੀ। ਉਹਦੇ ਵਿੱਚ ਕੁਛ ਇਹਨਾਂ ਦੇ ਇੰਟਰਸਟ ਸੀ, ਮਿਸਟਰ ਭਾਰਤ ਭੂਸ਼ਣ ਆਸ਼ੂ ਜਿਹੜੇ ਮਿਨਿਸਟਰ ਨੇ ਲੁਧਿਆਣੇ ਤੋਂ, ਤਾਂ ਉਹਨਾਂ ਨੇ ਮੈਨੂੰ ਬੁਲਾ ਕੇ ਪਹਿਲਾਂ ਕਿਹਾ ਸੀ ਵੀ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਕੋਈ ਫੇਵਰ ਕਰੋ, ਤਾਂ ਕਿਉਂਕਿ ਮੈਂ ਉਹਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਬਹੁਤ ਫੇਰ ਇਨਕੁਆਇਰੀ ਕਰਨ ਬਾਰੇ ਹਦਾਇਤਾਂ ਸੀਗੀਆਂ, ਅਤੇ ਮੈਂ ਇਹਨੂੰ ਠੀਕ ਤਰੀਕੇ ਨਾਲ ਕਰਨਾ ਚਾਹੁੰਦਾ ਸੀ, ਤਾਂ ਮੈਂ ਇਹਨਾਂ ਦੀ ਫੇਵਰ ਨਹੀਂ ਕਰ ਸਕਿਆ। ਤਾਂ ਉਸ ਤੋਂ ਬਾਅਦ ਜੋ ਹੋਇਆ ਉਹ ਸਾਰੇ ਪ੍ਰੈਸ ਨੂੰ, ਹਰ ਕਿਸੇ ਨੂੰ ਪਤਾ ਕਿ ਇਹਨਾਂ ਨੇ ਕਿਸ ਤਰੀਕੇ ਨਾਲ ਉਹ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ, ਉਹਨੂੰ ਆਪਣੇ ਮੁਤਾਬਕ ਕਰ ਲੈਣ ਲਈ ਕਿਹਾ ਵੀ ਅਸੀਂ ਆਪੇ ਕਰ ਲਾਂਗੇ, ਰਿਪੋਰਟਾਂ ਵਗੈਰਾ ਠੀਕ ਕਰ ਲਾਂਗੇ, ਹਾਈਕੋਰਟ ਨੂੰ ਜੋ ਬੋਲੇ ਹੋਏ ਆ, ਹਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਔਨ ਰਿਕਾਰਡ ਹੈਗੀਆਂ। ਤਾਂ ਇਸ ਤੋਂ ਬਾਅਦ ਮਤਲਬ ਮੈਂ ਜਦੋਂ ਇਹ ਇਨਕੁਆਇਰੀ ਕੰਪਲੀਟ ਹੋਈ ਸੀ ਤਾਂ ਮੈਂ ਆਪਣੇ ਜੋ ਵੀ ਮੇਰੇ ਇਹਨਾਂ ਦੇ ਖਿਲਾਫ਼ ਬਣਦੀ ਸੀ ਉਹ ਕਾਰਵਾਈ ਜੋ ਇਹਨਾਂ ਨੇ ਮੇਰੇ ਨਾਲ ਕੀਤਾ ਸੀ, ਮੈਂ ਉਹਦੀ ਐਪਲੀਕੇਸ਼ਨ ਦਿੱਤੀ ਸੀਗੀ DGP ਸਾਹਿਬ ਦੇ ਪੇਸ਼ ਹੋ ਕੇ, ਇਹ ਫਰਵਰੀ ਲਾਸਟ ਵਿੱਚ, ਇੱਕ ਸਾਲ ਦੀ ਪਹਿਲਾਂ ਦੀ ਗੱਲ ਹੈ। ਤਾਂ ਇੱਕ ਸਾਲ ਦੇ ਵਿੱਚ ਵੀ ਕੋਈ ਇਹਦੇ ਅਗੇਂਸਟ ਕੋਈ ਐਕਸ਼ਨ ਨਹੀਂ ਕਿਸੇ ਨੇ ਲਿਆ, ਈਵਨ 10ਵੇਂ ਮਹੀਨੇ ਤੱਕ, 12ਵੇਂ ਵਿੱਚ ਮੈਨੂੰ ਸਸਪੈਂਡ ਕੀਤਾ, 10 ਮਹੀਨੇ ਬਾਅਦ ਮਤਲਬ ਮੈਨੂੰ ਸਸਪੈਂਡ ਕਰ ਦਿੱਤਾ ਗਿਆ, ਜਦੋਂ ਕਿ ਮੇਰੇ 'ਤੇ ਐਲੀਗੇਸ਼ਨ ਹੈ ਕਿ ਮੈਂ ਕੁਛ ਸੋਸ਼ਲ ਮੀਡੀਆ 'ਤੇ ਇਹਦੇ ਖਿਲਾਫ਼ ਕੋਈ ਕਮੈਂਟਸ ਵਗੈਰਾ ਪਾਏ, ਸਿਰਫ ਇਸ ਤੱਕ ਕਰਕੇ ਮੈਨੂੰ ਸਸਪੈਂਡ ਕਰ ਦਿੱਤਾ ਗਿਆ। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।